ਅਸਲਾਮ ਅਲੈਕੁਮ, ਕੀ ਹਾਲ ਚਾਲ ਹੈ? ਠੀਕ ਹੋ? ਤੁਸੀਂ ਵੀ ਠੀਕ ਹੋ? ਸਾਡੀ ਦੁਆ ਨਾਲ ਤੇ ਅਸਾਂ ਵੀ ਠੀਕ ਹੈ ਤੁਹਾਡੀ ਦੁਆ ਨਾਲ। ਅੱਲਾ ਭਾਵੇਂ ਜਿੱਥੇ ਰਹੋ ਖੁਸ਼ ਰਹੋ ਆਬਾਦ ਰਹੋ। ਥੋੜ੍ਹੇ ਹਨ ਸਾਡੇ ਬਰਤਨ, ਅਸਾਂ ਉਹ ਧੋਂਦੇ ਪਏ। ਅਸਾਂ ਤਾਂ ਧੋ ਤੇ ਕਿਆ ਕਰੂੰ, ਅੱਜ ਅੱਜ ਦਾਲ ਪੱਕੇ ਨੇ, ਵਿੰਡੇ ਖਾ ਖਾ ਮੇਰੇ ਥੱਕ ਗਏ ਅੱਜ ਦੇ। ਅੱਜ ਦਾਲ ਪੱਕੇ ਨੇ, ਨਵੀਂ ਵਰੇਟੀ ਦਾਲ ਕਿਹੜੀ? ਧੋਤੀ ਧੋਤੀ ਦਾਲ ਬਣੇ ਨੇ। ਜਿਹੜੇ ਵੇਲੇ ਦੱਸਾਂ ਵਲੋਗ ਬਣਾਉਂਦਾ ਸਾਨੂੰ ਵੇਲੇ ਯਾਦ ਹੈ ਦੋਸਤਾਂ ਤੋਂ ਵੀਰਾਂ ਤੋਂ, ਜੋ ਵੀਡੀਓ ਲਾਇਕ ਕਮੈਂਟ ਲਾਜ਼ਮੀ ਸਪੋਰਟ ਲਾਜ਼ਮੀ ਕਰਨੀ ਹੈ। ਅਸਲਾਮ ਅਲੈਕੁਮ, ਕੀ ਹਾਲ ਚਾਲ ਹੈ? ਠੀਕ ਹੀ ਵੇ? ਖੁਸ਼ ਵੇ? ਤਬੀਅਤ ਸਿਹਤ ਠੀਕ ਹੈ ਵੇ? ਅਲਹਮਦੁਲਿਲਾ ਸ਼ੁਕਰ, ਮੈਂ ਵੀ ਠੀਕ ਹਾਂ। ਸਭ ਕੁਝ ਦੁਆ ਕਰਨਾ, ਤੁਸੀਂ ਸਭ ਕੁਝ ਦੁਆ ਕਰੋ, ਸਾਡੇ ਚੈਨਲ ਨੂੰ ਸਪੋਰਟ ਕੀਤੀ ਕਰੋ, ਸਾਡੇ ਚੈਨਲ ਨੂੰ ਲਾਇਕ ਸਬਸਕ੍ਰਾਈਬ ਲਾਜ਼ਮੀ ਕੀਤੇ ਕਰੋ। ਸਾਡਾ ਗਰੀਬ ਚੈਨਲ ਹੈ, ਸਾਡਾ ਗਰੀਬ ਵਾਂ ਚੈਨਲ ਹੈ। ਇਸ ਗਰੀਬ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰੋ, ਸਪੋਰਟ ਕਰੋ। ਇਹ ਸਾਡਾ ਇੱਕ ਕੱਚ ਕਬਾੜ ਵਾਲੇ ਘਰ ਦੇਖੋ, ਨਹੀਂ ਸਕਦੇ ਵੇ। ਇਹ ਜੋ ਘਰ ਨਾ ਮਕਾਨ ਬਿਲਕੁਲ ਹੀ ਕੱਚੇ ਹਨ। ਇਹ ਸਾਹਮਣੇ ਦੇਖ ਸਕਦੇ ਲੈਟਰਿਨ ਦਰਵਾਜ਼ਾ ਕਿਆ ਨਹੀਂ, ਸਾਹਮਣੇ ਦਰਵਾਜ਼ਾ ਲੈਟਰਿਨ ਦਾ ਕਿਆ ਨਹੀਂ। ਅਤੇ ਪਲੀਜ਼ ਮਿਹਰਬਾਨੀ ਕਰੋ, ਸਪੋਰਟ ਕਰੋ, ਤਾਮਨ ਕਰੋ। ਇਹ ਦੇਖ ਸਕਦੇ ਵੇ ਸਾਡਾ ਘਰ ਦਾ ਮਾਹੌਲ ਬਿਲਕੁਲ ਹੀ ਮੈਂ ਗਰੀਬ ਹੈ, ਬਿਲਕੁਲ ਅਸੀਂ ਮੈਂ ਡਾਊਨ ਹੈ। ਦੇਖਦੇ ਅੱਛੇ ਹੋਣ, ਅੱਛੇ ਕੋਲ ਵੀ ਅੱਛੇ ਹੈ। ਅਤੇ ਮਿਹਰਬਾਨੀ ਕਰੋ, ਜਿਤਨੇ ਸਪੋਰਟ ਕਰੋ, ਸਭ ਕੁਝ ਸਾਡੇ ਤਾਮਨ ਕਰੋ ਪਲੀਜ਼। ਦੋਸਤਾਂ ਕੋਲੋਂ ਭਰਾਵਾਂ ਕੋਲੋਂ ਮੁਹੱਬਤ ਕਰਨ ਹੈ, ਅਤੇ ਸਾਡੀ ਜੋ ਸਾਡੇ ਚੈਨਲ ਕੋ ਲਾਜ਼ਮੀ ਸਪੋਰਟ ਕਰੋ, ਲਾਇਕ ਕਰੋ, ਸਬਸਕ੍ਰਾਈਬ ਕਰੋ, ਅੱਗੇ ਸ਼ੇਅਰ ਕਰੋ, ਤਾਂ ਕਿ ਕੋਈ ਸ਼ਾਇ ਮਿਹਨਤ ਕਰਨ ਪਈ, ਮਿਹਨਤ ਆ ਕੋਈ ਸਭ ਕੁਛ ਮਿਲੇ, ਠੀਕ ਹੈ ਨਾ? ਅੱਛਾ, ਅੱਜ ਦਾ ਜਿਹੜੀ ਮੌਸਮ ਠੰਡਾ ਹੈ, ਅੱਜ ਉਸ ਸਮੇਂ ਦੇਖੋ ਹਵਾ ਚੱਲੀ ਖੜੀ, ਮੌਸਮ ਬਿਲਕੁਲ ਯੈਸ ਹੈ। ਅੱਛਾ ਕਿ ਥੋੜ੍ਹਾ ਬਾਗ ਨੂੰ ਅੱਜ ਦਾ ਮੌਸਮ ਬਿਹਤਰੀਨ ਹੈ, ਹਵਾ ਬਿਲਕੁਲ ਖੁੱਲੀ ਚੱਲਦੀ ਪਈ, ਜੋ ਅੱਜ ਹਵਾ ਠੀਕ ਠਾਕ ਚੱਲਦੀ ਪਈ, ਬਿਹਤਰੀਨ ਹਵਾ ਹੈ। ਅੱਜ ਇੱਥੇ ਹਵਾ ਚੱਲਦੀ ਪਈ, ਸਾਹਮਣੇ ਸਾਹਮਣੇ ਹਵਾ ਚੱਲਦੀ ਪਈ, ਮੌਸਮ ਬਿਲਕੁਲ ਯੈਸ ਹੈ। ਮਿਹਰਬਾਨੀ ਕਰਾਇਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤੇ ਕਰੋ, ਲਾਇਕ ਕੀਤੇ ਕਰੋ, ਜੋ ਅਸੀਂ ਹੁਣ ਪੈਂਦੇ ਪਏ ਜਾਣੋ ਤਾਂ ਖਾਸ ਇਹ ਗਾ ਪੈਂਦੇ ਪਏ ਗਾ ਕਿਵੇਂ ਪਾਉਂਦਾ ਹੁੰਦੇ, ਤਾਂ ਕਿਵੇਂ ਤਰੀਕਾ ਆਉਂਦੇ ਉਹ ਤਾਂ ਕੋ ਵਿਆਹਾਂ ਕੋ ਬਾਰ ਬਾਰ ਦਿਖਾਉਂਦੇ ਹੁੰਦੇ। ਇਹ ਹੁਣ ਕੀ ਤਮਾਸ਼ਾ ਹੈ? ਵੀਡੀਓ 'ਚ ਹਰ ਸ਼ੈ 'ਚ ਜੋ ਇਹਦੇ ਕਿ ਨੂੰ ਸਾਡੇ ਖੱਟਾ ਚੈੱਕ ਕਰ, ਕਿਉਂ ਖੱਟਾ ਸਾਡੇ ਕਬਾੜ ਵਾਲੇ ਨੇ ਦੇਖਣਾ। ਸਾਡੇ ਗਰੀਬ ਚੈਨਲ ਲਾਜ਼ਮੀ ਸਪੋਰਟ ਕੀਤੇ, ਤਾਮਨ ਕੀਤੇ ਕਰੋ, ਜੋ ਇਹ ਜੋ ਹੈ ਸਾਰੇ ਜੋ ਮਿਹਨਤ ਕਰਨ ਦੇ, ਇਸ ਮਿਹਨਤ ਤਾਂ ਲਾਜ਼ਮੀ ਕਰਨ। ਹੁਣ ਟਾਈਮ ਅਸੀਂ ਬਣੇ ਹਾਂ ਨਾਸ਼ਤਾ, ਹੁਣ ਪਏ ਸੋ ਨਾਸ਼ਤਾ, ਕੁਛ ਪਕਾਉਣੇ ਪਏ ਇਹਦੇ, ਕੋਈ ਸ਼ਾਇਦ ਕੋਈ ਸ਼ਾਇਦ ਖਾਣਾ ਹੋ, ਸ਼ਾਮ ਕੋ ਰੋਟੀ ਪਕਾਉਣੇ, ਰੋਟੀ ਪੱਕੇ ਸੂ ਇੱਥਾਂ 5-10 ਮਿੰਟ ਬਾਅਦ ਰੋਟੀ ਪਕਾ ਦਿੱਤਾ ਕੁਝ ਖਿਆ ਜੂ, ਜੋ ਲੱਕੜੀ ਕਹਿਣੀ ਇਹ ਬੂਹੇ ਪੈਣ, ਇਹਨਾਂ ਕੱਚ ਕਬਾੜ ਰੋਟੀ ਅਸੀਂ ਪਕਾਉਣੀ ਹੁੰਦੀ ਹੈ, ਜੋ ਹੈ ਸਾਡੇ ਡੈਕਸ ਸਾਡੇ ਹਾਲਾਤ ਪੁਜ਼ੀਸ਼ਨ। ਸਾਡੀ ਵੀਡੀਓ ਕੋ ਲਾਇਕ ਸਬਸਕ੍ਰਾਈਬ ਲਾਜ਼ਮੀ ਕੀਤੇ ਕਰੋ, ਤਾਂ ਕਿ ਅਸੀਂ ਮਿਹਨਤ ਤਰੀਕੇ ਅਤੇ ਮਿਹਨਤ ਦਾ ਕੁਛ ਮਿਲੇ। ਅਤੇ ਮਜ਼ੀਦ ਤੱਕ ਵੀਡੀਓ ਅੱਛੀ ਲੱਗਦੀ ਚੈਨਲ ਸਬਸਕ੍ਰਾਈਬ ਲਾਜ਼ਮੀ ਕੀਤੇ ਕਰੋ।
ਠੀਕ ਹੈ ਨਾ। ਅਤੇ ਹੁਣ ਅਸੀਂ ਹੁਣ ਚੱਲਦੇ ਹਾਂ।